ਕਿ ਜਾਣੇ ਸੰਗਤ ਇਹਨਾਂ ਭੁਲੇਖਿਆਂ ਵਿੱਚ ਨਾ ਪਵੇ। ਬਹੁਤ ਸਾਰੇ ਪਰਿਵਾਰ ਅੱਜ ਦਿਨ ਦਾ ਨੈੱਟ 'ਤੇ ਅਸੀਂ ਬ੍ਰਹਮ ਕਵਚ ਦੁਆਰੇ ਪਾਇਆ, ਡੇਲੀ 10-10 ਫੋਨ ਲਗਭਗ ਆ ਜਾਂਦੇ, ਕਿਵੇਂ ਕਰਨਾ। ਅਸੀਂ ਕੀਤਾ ਸੀ ਸ਼ੁਰੂ, ਸਾਰੀਆਂ ਪ੍ਰੋਬਲਮਾਂ ਹੱਲ ਹੋ ਗਈਆਂ, ਬਹੁਤ ਸਾਰੀਆਂ ਮੁਸ਼ਕਲਾਂ ਚੱਲ ਰਹੀਆਂ ਸੀ। ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਫੋਨ ਆਇਆ ਸੀ ਪਰਿਵਾਰ ਦਾ, ਉਹ ਕਹਿੰਦੇ ਇੰਨੀ ਪ੍ਰੋਬਲਮ ਸੀ ਸਾਰੇ ਰਿਸ਼ਤੇਦਾਰੀ ਦੇ ਵਿੱਚ, ਸਿਰਫ ਹਫ਼ਤਾ ਹੀ ਹੋਇਆ ਕਰਦਿਆਂ ਨੂੰ, ਹਾਲੇ ਹਫ਼ਤੇ ਦੇ ਵਿੱਚ ਇਉਂ ਹੋ ਗਿਆ ਸਰੀਰਾਂ ਦੇ ਸਾਰੇ ਦਰਦ ਖਤਮ ਹੋ ਗਏ। ਕਹਿੰਦੇ ਲੋਕ ਜੋ ਮਰਜ਼ੀ ਕਹੀ ਜਾਣ, ਪਰ ਸਾਡੇ ਲਈ ਦਸਮ ਦੀ ਬਾਣੀ ਰੱਬ ਹੈ, ਅਸੀਂ ਇੰਨਾ ਹੀ ਸਤਿਕਾਰ ਕਰਦੇ ਜਿੰਨਾ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ। ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਇੱਕੋ ਰੂਪ ਹੋ ਗਏ, ਅਤੇ ਦਸਵਿਆਂ ਨੇ ਹੀ ਇਹ ਆਦਿ ਸ਼੍ਰੀ ਦਸਮ ਗ੍ਰੰਥ ਰਚ ਕੇ ਸਾਨੂੰ ਗਿਫਟ ਦਿੱਤਾ ਖਾਲਸੇ ਨੂੰ। ਸ਼ਸਤਰਾਂ ਦੀ ਦਾਤ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਇਸ ਕਰਕੇ ਐਸੇ ਲੋਕਾਂ ਦੇ ਮਗਰ ਸੰਗਤ ਨੇ ਨਹੀਂ ਲੱਗਣਾ।